ਗੈਂਗਸਟਰ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਵੱਲੋਂ ਦਿੱਤੇ ਵਿਵਾਦਿਤ ਬਿਆਨ ਤੇ ਸਿਆਸਤ ਸ਼ੁਰੂ ਹੋ ਗਈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਇਸ ਤੇ ਘੇਰ ਰਹੀਆਂ ਨੇ ਤੇ ਕਾਂਗਰਸ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬਿਆਨ ਦਾ ਬਚਾਅ ਕਰ ਰਹੀ ਹੈ। ਪੰਜਾਬ 'ਚ ਵੱਧ ਰਹੀਆਂ ਗੈਂਗਵਾਰਸ ਤੇ ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਵਿਵਾਦਿਤ ਬਿਆਨ ਤੋਂ ਬਾਅਦ ਹੁਣ ਇਸ ਤੇ ਸਿਆਸਤ ਸਰਗਰਮ ਹੋ ਗਈ ਹੈ। ਬਾਜਵਾ ਨੇ ਗੈਂਗਵਾਰ ਨਾਲ ਆਮ ਜਨਤਾ ਨੂੰ ਕੋਈ ਨੁਕਸਾਨ ਨਾ ਹੋਣ ਅਤੇ ਕਾਨੂੰਨੀ ਹਾਲਾਤ ਤੇ ਕਿਸੇ ਵੀ ਤਰ੍ਹਾਂ ਦੇ ਫਰਕ ਨਾ ਪੈਣ ਦਾ ਜੋ ਬਿਆਨ ਦਿੱਤਾ ਸੀ ਉਸ ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਘੇਰਿਆ ਹੈ। ਅਕਾਲੀ ਦਲ ਨੇ ਗੈਂਗਵਾਰ ਨੂੰ ਲੈ ਕੇ ਸਰਕਾਰ ਦੀ ਸੰਜੀਦਗੀ ਤੇ ਸਵਾਲ ਚੱਕੇ ਨੇ ਤਾਂ ਆਮ ਆਦਮੀ ਪਾਰਟੀ ਨੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਸਰਕਾਰ ਸੂਬੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ। ਕਾਂਗਰਸੀਆਂ ਦੀ ਮਾਨਸਿਕਤਾ ਦੀਆਂ ਨਿਸ਼ਾਨੀਆਂ ਨੇ ਕਿ ਕਾਂਗਰਸ ਦੇ ਵਜ਼ੀਰ ਜਿਹੜੇ ਨੇ ਕਿਸ ਪੱਧਰ ਤੇ ਸੋਚਦੇ ਨੇ, ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੀ ਕਰਨਾ ਚਾਹੀਦਾ। ਉਧਰ ਕਾਂਗਰਸ ਤ੍ਰਿਪਤ ਰਜਿੰਦਰ ਬਾਜਵਾ ਦੇ ਬਿਆਨ ਦਾ ਬਚਾਅ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਾਜਵਾ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ। ਰਜਿੰਦਰ ਬਾਜਵਾ ਨੇ ਇਕੱਲੇ ਨਹੀਂ ਬਲਕਿ ਪੂਰਾ ਪੰਜਾਬ ਇਸ ਗੱਲ ਤੋਂ ਦੁਖੀ ਹੈ ਕਿ ਜਿਹੜੇ ਗੈਂਗਸਟਰ ਹੈਗੇ ਉਹ ਖਤਮ ਹੋਣੇ ਚਾਹੀਦੇ ਆ। ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੀ ਆਤਮਿਕ ਕਲਪਨਾ ਦੇ ਵਿੱਚੋਂ ਇਹ ਭੜਾਸ ਕੱਢ ਕੇ ਕਿਹਾ ਕਿ ਗੈਂਗਵਾਰ ਆਪੋ ਵਿੱਚ ਮਰਦੇ ਆ ਕਿ ਤੁਹਾਨੂੰ ਕੀ ਤਕਲੀਫ ਹੈ, ਇਹ ਗੱਲ ਕਹੀ ਹੈ। ਬੇਸਿਕ ਉਹਨਾਂ ਦਾ ਭਾਵ ਇਹ ਹੈਗਾ ਕਿ ਗੈਂਗਸਟਰ ਖਤਮ ਹੋਣੇ ਚਾਹੀਦੇ ਆ, ਲੇਕਿਨ ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਗੈਂਗਸਟਰ ਨੂੰ ਬੜਾਵਾ ਦੇਣਾ ਚਾਹੀਦਾ। ਪੰਜਾਬ ਵਿਧਾਨ ਸਭਾ ਚੋਣਾਂ 'ਚ ਗੈਂਗਵਾਰ ਦੇ ਮੁੱਦੇ ਤੇ ਰੱਜ ਕੇ ਸਿਆਸਤ ਹੋਈ ਸੀ। ਕਾਂਗਰਸ ਨੇ ਸੂਬਾ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਸੀ। ਹੁਣ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਇਸੇ ਮਸਲੇ ਤੇ ਕਾਂਗਰਸ ਤੇ ਸਿਆਸੀ ਹਮਲੇ ਕਰ ਰਹੇ ਨੇ। ਦਿੱਲੀ ਤੋਂ ਨਵਜੋਤ ਧਾਲੀਵਾਲ ਦੇ ਨਾਲ ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ।